ਜਿਹੜਾ ਬਾਰਡਰ ਦਾ ਅਖੀਰਲਾ ਪਿੰਡ ਆ। ਸਾਡੇ ਪੰਜ ਭਰਾ ਅਸੀਂ ਜੀ, ਸਾਡੀ ਤਿੰਨ ਤਿੰਨ ਕਿਲੇ ਜ਼ਮੀਨ ਆ ਤਾਰੋਂ ਅੱਗੇ। ਪਿਛਲੇ 15 ਦਿਨ ਤੋਂ ਕੋਈ ਗੇਟ ਨਹੀਂ ਖੁੱਲ੍ਹਾ। ਜਿਹੜਾ ਕਣਕ ਹੈ ਸਾਰਾ ਤੇਲਾ ਖਾ ਗਿਆ ਉਹਨੂੰ, ਕੋਈ ਉਹਦੇ ਵਿੱਚ ਸਾਨੂੰ ਉੱਥੇ ਬਚਣਾ ਨਹੀਂ ਗਿਆ ਜੇ ਸਾਡਾ 2 ਦਿਨ ਹੋਰ ਗੇਟ ਨਾ ਖੁੱਲ੍ਹਾ। ਅਤੇ ਮਿਹਰਬਾਨੀ ਕਰਕੇ ਸਾਡਾ ਗੇਟ ਖੋਲ੍ਹਿਆ ਜਾਵੇ। ਇੱਥੇ ਅਸੀਂ BSF ਕਰਾਉਣੇ ਹਾਂ ਅਤੇ ਸਾਡਾ ਕੁਝ ਨਹੀਂ ਸੁਣਦੇ, ਕਹਿੰਦੇ ਵੀ 14 ਤਰੀਕ ਤੱਕ ਗੇਟ ਨਹੀਂ ਖੁੱਲ੍ਹਣਾ। ਨਾ ਸਾਨੂੰ ਅੱਜ ਤੱਕ ਜਿਹੜਾ ਤਾਰੋਂ ਅੱਗੇ ਜਿਹੜਾ ਮੁਆਵਜ਼ਾ ਆਉਂਦਾ ਸੀ ਉਹ ਵੀ ਸਾਡਾ ਕਿਸੇ ਜਿਹੜੀ ਪਿਛਲੇ ਅਫਸਰ ਹੀ ਖਾ ਗਏ ਆ, ਜਿਹੜੀ ਗੱਲ ਕਰਨ ਵਾਲੀ ਹੈ ਸਾਡੇ ਕੋਲ ਅੱਜ ਤੱਕ ਨਹੀਂ ਪਹੁੰਚਿਆ। ਅਤੇ ਮਿਹਰਬਾਨੀ ਕਰਕੇ ਸਾਡਾ ਗੇਟ ਖੋਲ੍ਹਿਆ, ਸਾਨੂੰ ਤੇਲੇ ਸਪਰੇਅ ਕਰਨ ਦਿੱਤੀ ਜਾਵੇ, ਟਾਈਮ ਦਿੱਤਾ ਜਾਵੇ ਸਾਨੂੰ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਰਫਿਊ ਦੇ ਦੌਰਾਨ ਜਿਹੜੇ ਸਾਡੇ ਫਾਰਮਰਸ ਆ ਉਹਨਾਂ ਨੂੰ ਬਹੁਤ ਸਾਰੀਆਂ ਅਸੀਂ ਰਿਲੈਕਸੇਸ਼ਨ ਦਿੱਤੀਆਂ ਹੈਗੀਆਂ। ਜਿਸ ਤਰ੍ਹਾਂ ਜਿਹੜੀ ਉਹਨਾਂ ਦੀ ਫਸਲ ਦੀ ਕਟਾਈ ਦਾ ਸਮਾਂ ਹੈ ਉਹ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੇ ਆਪਣੇ ਫੀਲਡ ਦੇ ਵਿੱਚ ਜਾ ਸਕਦੇ ਆ, ਅਤੇ ਵਾਪਸੀ ਦਾ ਉਹਨਾਂ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਵਾਪਸ ਆ ਸਕਦੇ। ਇਸੇ ਤਰ੍ਹਾਂ ਕਿਉਂਕਿ ਸਾਡਾ ਬਹੁਤ ਸਾਰਾ ਏਰੀਆ ਜਿਹੜਾ ਹੈਗਾ ਪੈਂਦਾ ਹੈ ਇੰਟਰਨੈਸ਼ਨਲ ਬਾਰਡਰ ਹੈ, ਪਾਕਿਸਤਾਨ ਦੇ ਨਾਲ ਲੱਗਦਾ ਹੈ, ਉਸ ਤੋਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਬਾਹਰ ਜਿਹੜੀ ਸਾਡਾ ਰਕਵਾ ਹੈ ਉਹ ਕੋਈ 4100 ਏਕੜ ਹੈ, ਉਹਦੇ ਲਈ ਵੀ ਫਾਰਮਰ ਦਾ ਜਿਹੜਾ ਸਮਾਂ ਹੈ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਰੱਖਿਆ ਗਿਆ ਹੈ। ਕਿਸੇ ਵੀ ਫਾਰਮਰ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਪ੍ਰੋਬਲਮ ਬਿਲਕੁਲ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਨਹੀਂ ਆਉਣ ਦਿੱਤੀ ਜਾਊਗੀ। ਸਾਡੇ ਮਾਨਯੋਗ CM ਸਾਹਿਬ ਦੇ ਆਦੇਸ਼ ਹੈ, ਇੰਸ਼ੋਰ ਕਰੋ ਕਿ ਜਿਹੜੇ ਕੋਈ ਫਾਰਮਰ ਫਰਟੈਂਟੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਾ ਪ੍ਰੋਬਲਮ। ਸਾਡੇ ਸਾਰੇ ਐਗਰੀਕਲਚਰ ਡਿਪਾਰਟਮੈਂਟ, SDM, ਟੋਟਲ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਇਹਦੇ ਵਿੱਚ ਸੇਵਾ ਕਰ ਰਿਹਾ ਹੈ ਅਤੇ ਇੰਸ਼ੋਰ ਕਰੇਗਾ ਕਿ ਇਹਨਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ। ਇਹਦੇ ਨਾਲ ਨਾਲ ਜਿਹੜੀਆਂ ਪੈਸਟੀਸਾਈਡ ਦੀਆਂ ਦੁਕਾਨਾਂ ਹੈ, ਕਸਟਮਾਈਜ਼ਿੰਗ ਸੈਂਟਰ ਹੈ, ਸਾਡੇ ਜਿਹੜੀ ਮਸ਼ੀਨਰੀ ਬੈਂਕ ਹੈ, ਉਹ ਸਾਰਿਆਂ ਨੂੰ ਜਿਹੜਾ ਕਰਫਿਊ ਦੇ ਵਿੱਚੋਂ ਵੀ ਜਿਹੜੀ ਹੈ ਛੂਟ ਦਿੱਤੀ ਗਈ ਹੈ ਤਾਂ ਕਿ ਇਹਨਾਂ ਦੇ ਜਿਹੜਾ ਆਪਣਾ ਕੰਮ ਕਾਰ ਉਹਨਾਂ ਨੂੰ ਠੀਕ ਢੰਗ ਨਾਲ ਚਲਾ ਸਕਣ ਜੇ ਕਿਸੇ ਨੂੰ ਲੋੜ ਹੈ। ਪਰ ਇੱਕ ਸ਼ਰਤ ਇੱਕੋ ਹੀ ਹੈ, ਇਹ ਸਾਰੀਆਂ ਦੁਕਾਨਾਂ ਜਿਹੜੀਆਂ ਫਾਰਮਰਸ ਆਪਣੀ ਡਿਮਾਂਡ ਕਰਨਗੇ ਅਤੇ ਉਹਨਾਂ ਨੂੰ ਸਪਲਾਈ ਜਿਹੜੀ ਹੈ ਉਹਨਾਂ ਦੇ ਜਿੱਥੇ ਉਹ ਮੰਗਣਗੇ ਉੱਥੇ ਪਹੁੰਚਾਉਣੀ ਜਿਹੜੀ ਹੈ ਯਕੀਨੀ ਬਣਾਉਣਗੇ। ਵੱਲੋਂ ਸਾਡੀ ਬੇਨਤੀ ਆ ਕਿ ਜਿਹੜੇ ਤਾਰੋ ਪਾਰ ਸਾਡੀ ਜ਼ਮੀਨ ਆ, ਕਿੱਲਾ ਕਿੱਲਾ ਸਾਡੀ ਜ਼ਮੀਨ ਆ, ਤਿੰਨ ਜਿਹੜੀਆਂ ਨੇ ਮੇਰੇ ਭਰਾ ਹੈ, ਅਤੇ ਜਿਹੜਾ ਤੇਲਾ ਬਹੁਤ ਜ਼ਿਆਦਾ ਪਿਆ ਹੈ, ਇਹ ਕਰੋਨਾ ਸਾਨੂੰ ਕਹਿੰਦਾ ਸਾਨੂੰ ਕਰੋਨਾ ਉੱਧਰ ਪੈ ਗਿਆ ਤੇਲਾ ਕਣਕ ਨੂੰ, ਸਾਨੂੰ ਭਾਵੇਂ ਬਜੇ ਨਾ ਬਜੇ ਉੱਧਰ ਸਾਨੂੰ ਕੁਝ ਨਹੀਂ ਬਜਣਾ, ਬਹੁਤ ਜ਼ਿਆਦਾ ਸਾਡਾ ਕਣਕ ਦਾ ਜਿਹੜਾ ਬਹੁਤ ਹੀ ਮਤਲਬ ਕਿ ਭਾਰੀ ਖਾਣ ਹੋ ਰਿਹਾ ਹੈ, ਅਤੇ ਸਾਨੂੰ ਨਾ ਗੇਟ ਖੋਲ੍ਹਦੇ ਆਏ। ਅਸੀਂ DC ਸਾਹਿਬ ਨੂੰ ਹੁਕਮ ਇਹੋ ਆਉਂਦੇ ਹਾਂ ਵੀ ਸਾਡਾ ਗੇਟ ਖੋਲ੍ਹਿਆ ਜਾਵੇ, ਸਰਕਾਰਾਂ ਆਉਂਦੀਆਂ ਹੈ ਵੀ ਜਿਹੜਾ ਗੇਟ ਆ ਉਹ ਡਿੱਟ ਖੁੱਲੂਗਾ, ਪਰ ਇਹ BSF ਨਾ ਕੋਈ ਗੇਟ ਖੋਲ੍ਹਦੇ ਆ। ਜੇ ਸਰਕਾਰਾਂ ਦਾ ਬਿਆਨ ਸੁਣੀਦੇ ਆ ਤਾਂ ਉਹ ਆਉਂਦੇ ਆ ਵੀ ਜਿਹੜਾ ਕਿਸਾਨ ਹੈ ਉਹ ਆਪਦਾ ਕੰਮ ਕਰੇ, ਜੇ ਕਿਸਾਨ ਅਨਾਜ ਪੈਦਾ ਕਰੂਗਾ ਤਾਂ ਕਿੱਥੋਂ ਲੋਕ ਖਾਣਗੇ, ਅਤੇ ਕਿਸਾਨ ਦਾ ਜੇ ਅਨਾਜ ਨਾ ਇੱਥੋਂ ਪੈਦਾ ਜ਼ਮੀਨ 'ਚ ਹੋਊਗਾ ਫਿਰ ਸਾਰੀ ਗਰੀਬ ਜਨਤਾ ਕਿੱਥੋਂ ਖਾਊਗੀ। ਨਾ ਕੋਈ ਇੱਥੇ ਜਿਹੜਾ ਕਹਿੰਦੇ ਵੀ ਰਾਸ਼ਨ ਆ ਰਿਹਾ, ਕੋਈ ਸਰਕਾਰ ਦਾ ਇੱਥੇ ਰਾਸ਼ਨ ਨਹੀਂ ਆ ਰਿਹਾ, ਇੱਥੇ ਸਿਰਫ ਗੁਰਦਿਆਂ ਲੰਗਰ ਚੱਲਣ ਦਾ ਹੈ ਖਾਲੜੇ। ਅਤੇ ਕਿਰਪਾ ਕਰਕੇ ਸਰਕਾਰ ਉਹਨਾਂ ਨੇ ਜਿਹੜੇ ਸਾਡਾ ਵਿਹਾਰ ਉੱਥੇ ਆਏ ਤਾਰੋਪਾਰ ਦੇ ਪੈਸੇ ਉਹ ਵੀ ਸਾਨੂੰ ਦਿੱਤੇ ਜਾਣ, ਉਹ ਕਹਿੰਦੇ ਵੀ ਅਫਸਰ ਪਿੱਛੇ ਖਾ ਗਏ ਆ, ਅਸੀਂ ਹੁਣ BA ਕਰ ਕਰਕੇ ਸਾਰੇ ਇੱਥੇ ਖੇਤੀ ਕਰਦੇ ਹਾਂ, ਕੋਈ ਨੌਕਰੀ ਪੇਸ਼ ਨਹੀਂ ਇੱਥੇ ਮਿਲਦੇ ਹੀ, ਇੱਥੇ ਬਹੁਤ ਬੁਰੇ ਹਾਲ ਆ, ਕੋਈ ਕਰੋਨਾ ਦਾ ਕੁਮਾ ਉੱਦਾਂ ਭਾਵੇਂ ਮਰੀਏ ਨਾ ਮਰੀਏ ਗਰੀਬ ਦੀ ਜਿਹੜੀ ਰੋਟੀ ਆ ਉਹ ਜ਼ਰੂਰ ਗਰੀਬ ਭੁੱਖੇ ਮਰ ਜਾਣਗੇ। ਅਸੀਂ ਕਿਰਪਾ ਕਰਕੇ ਇਹੋ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਇੱਥੇ ਬਣਦਾ ਹੱਕ ਆ ਸਾਨੂੰ ਦਿੱਤਾ ਜਾਵੇ, ਅਤੇ ਜਿਹੜਾ ਤਾਰੋਪਾਰ ਸਾਡਾ ਗੇਟ ਰੋਜ਼ ਖੁੱਲ੍ਹਿਆ ਜਾਵੇ, ਅਤੇ ਅਸੀਂ ਆਪਦਾ ਕੰਮ ਕਰੀਏ ਅਤੇ ਅਸੀਂ ਆਪਦੀ ਸਪਰੇਅ ਕਰੀਏ ਅਤੇ ਜਿਹੜਾ ਅਨਾਜ ਪੈਦਾ ਕਰਕੇ ਮੰਡੀਆਂ ਦੇ ਵਿੱਚ ਪਹੁੰਚਾਈਏ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।